ਅਸੀਂ ਉਸ ਦਿਨ 2.4 ਦੇ ਸਮਸ ਕਿਤੇ ਸੀ ਫੋਰ ਸਮ ਸ਼ੁਰੂ ਕੀਤਾ ਸੀ ਉਹਦਾ ਫਸਟ ਤੇ ਸੈਕਿੰਡ ਪਾਰਟ ਹੋ ਗਿਆ ਸੀ ਅੱਜ ਅਸੀਂ ਦਾ ਥਰਡ ਪਾਰਟ ਕਰਾਂਗੇ ਸਟ੍ਰੀਮ ਗੁਣਨਖੰਡ ਬਣਾਨੀ ਹੈ 6x ਦੀ 2 5x 6 ਇਹਦੇ ਗੁਣਨਖੰਡ ਬਣਾਨੀ 6x ਦੀ 2 5x 6 ਦੇ ਸਭ ਤੋਂ ਪਹਿਲਾਂ ਕਰਨਾ ਕੀ ਹੁੰਦਾ ਪਹਿਲੀ ਰਕਮ ਤੇ ਲਾਸਟ ਰਕਮ ਨੂੰ ਗੁਣਾ ਕਰਦਣੀ ਹੈ 6 ਨੂੰ -6 ਨਾਲ ਗੁਣਾ ਕਰਾਂਗੇ ਤੇ ਗੁਣਾ ਕਰਕੇ ਕਿੰਨਾ ਆਏਗਾ ਸਾਡੇ ਕੋਲ -36 6 ਨੂੰ -6 ਨਾਲ ਗੁਣਾ ਕਰਾਂਗੇ ਕਿੰਨਾ ਆਏਗਾ -36 ਤੇ ਜੋੜ ਕੀ ਲਿਖਣਾ ਸੀ ਜਿਹੜੀ ਵਿੱਚ ਖਾਲੀ ਰਕਮ ਹੈਗੀ ਆ ਉਹ ਇੱਥੇ ਲਿਖ ਦੇਣੀ ਜੋੜ ਕਿੰਨਾ ਲਿਖ ਦੇਣਾ ਹੋਗਾ ਸੀ 5 ਲਿਖ ਦੇਣਾ ਹੋਗਾ ਹੁਣ ਅਸੀਂ ਦੇਖਾਂਗੇ ਉਹ ਕਿਹੜੀਆਂ ਰਕਮਾਂ ਹੈਗੀਆਂ ਜਿਨ੍ਹਾਂ ਨੂੰ ਗੁਣਾ ਕਰੀਏ ਤਾਂ 36 ਆ ਜਾਈਂ ਦੋ ਰਕਮਾਂ ਲੈਣੀਆਂ ਹੈਗੀਆਂ ਜਿਵੇਂ 12 3 36 9 4 36 18 2 36 36 1 36 ਤੇ 6 6 36 ਹੁਣ ਇਹਨਾਂ ਵਿੱਚੋਂ ਵੀ ਦੇਖਣਾ ਸੀ ਕਿਹਰੇ ਅਸੀਂ ਅ ਦੋ ਰਕਮਾਂ ਲਈਏ ਕਿਹੜਾ ਜੋੜਾ ਲਈਏ ਕਿ ਜਿਨ੍ਹਾਂ ਨੂੰ ਜਮਾ ਕਰਕੇ 5 ਆ ਜੇ ਹੁਣ 12 ਦੇ 3 ਨੂੰ ਜਮਾ ਕਰਕੇ 5 ਨਹੀਂ ਬੰਦਾ ਇਹਨੂੰ ਰਹਿਨ ਦਾਂਗੇ 9 ਦੇ 4 ਨੂੰ ਵੀ ਨਹੀਂ ਬੰਦਾ 18 ਦੇ 2 ਨੂੰ ਵੀ ਨਹੀਂ ਬੰਦਾ 36 ਦੇ 1 ਨੂੰ ਵੀ ਨਹੀਂ ਬੰਦਾ ਕਿਸੇ ਵੀ ਦੋ ਰਕਮਾਂ ਨੂੰ ਜੇ ਅਸੀਂ ਲਈਏ ਉਹਨਾਂ ਨੂੰ ਜੋੜ ਕੇ 5 ਨਹੀਂ ਬੰਦਾ ਫਿਰ ਅਸੀਂ ਸੋਚਾਂਗੇ ਹੁਣ ਮਾਈਨਸ ਕਰਕੇ ਹੁਣ ਜੇ 12 ਚੋਂ 3 ਘਟਾਈਏ ਤੇ 9 ਹੁੰਦਾ ਪਰ ਇੱਥੇ 5 ਜਗ ਹੈ ਇਸ ਲਈ ਇਹਨੂੰ ਰਹਿਨ ਦਾਂਗੇ 9 ਚੋਂ 4 ਘਟਾਈਏ ਤੇ 5 ਹੁੰਦਾ ਇਹਦਾ ਮਤਲਬ ਅਸੀਂ ਇਹ ਦੋ ਰਕਮਾਂ ਲਵਾਂਗੇ ਇੱਕ 9 ਤੇ ਇੱਕ 4 ਠੀਕ ਹੈ 1 9 ਤੇ 1 4 ਬਾਕੀ ਸਾਰੀਆਂ ਅਸੀਂ ਛੱਡ ਦਾਂਗੇ ਇਹ ਜੋੜਾ ਲਵਾਂਗੇ 9 ਤੇ 4 ਲਿਖਣਾ ਕਿਸ ਤਰ੍ਹਾਂ ਹੁੰਦਾ ਹੈ ਪਹਿਲੀ ਰਕਮ 6x ਦੀ ਦੋ ਸੇਮ ਲਿਖਣੀ ਹੈ ਵਿਚਕਾਰ 5 ਦੀ ਜਗਾ ਜਿਹੜੀ ਅਸੀਂ ਇਹ ਦੋ ਰਕਮਾਂ ਲਭੀਆਂ ਜਿਨ੍ਹਾਂ ਨੂੰ ਮਾਈਨਸ ਕਰਕੇ 5 ਬਣਦਾ ਪਿਆ ਉਹ ਲਿਖਾਂਗੇ ਦੋਨੋਂ ਰਕਮਾਂ ਵਿੱਚ ਮਾਈਨਸ ਪਾ ਦਾਂਗੇ 9 4 ਬਾਹਰ ਕਿੰਨਾ ਆਏਗਾ x ਤੇ ਮਾਈਨਸ ਕਿੰਨਾ ਆਏਗਾ 6 x ਨੂੰ 9 ਨਾਲ ਗੁਣਾ ਕਰਾਂਗੇ ਤੇ ਕਿੰਨਾ ਆਏਗਾ ਸਾਡੇ ਕੋਲ 9x x ਨੂੰ 4 ਨਾਲ ਗੁਣਾ ਕਰਾਂਗੇ ਤੇ ਕਿੰਨਾ ਆਏਗਾ 4x ਹੁਣ ਇਸ ਤੋਂ ਬਾਅਦ ਦੇਖਣਾ ਹੈ ਕੀ ਹੈ ਜਿਹੜੀਆਂ ਪਹਿਲੀਆਂ ਦੋ ਰਕਮਾਂ ਇਹਨਾਂ ਚੋ ਕਾਮਨ ਕੀ ਹੈ 6x ਦੀ 2 6x ਦੀ 2 9x ਵਿੱਚੋਂ ਕਾਮਨ ਕੀ ਹੈ x ਦੋਨਾਂ ਕੋਲ ਹੈ x ਅਸੀਂ ਬਾਹਰ ਕੱਢ ਲਾਂਗੇ ਕਿਹ ਜੀ ਰਕਮ ਹੈਗੀ ਜਿਹੜੀ ਦੋਨਾਂ ਨੂੰ ਭਾਗ ਕਰਦੀ ਹੈ 6 ਨੂੰ ਵੀ ਤੇ 9 ਨੂੰ ਵੀ ਉਹ 3 ਦੀ ਰਕਮ ਹੈਗੀ ਹੈ 3 ਨਗ ਜਦੋਂ 3 ਦੇ ਨਾਲ 6 ਨੂੰ ਭਾਗ ਕਰਾਂਗੇ 3 ਦੇ ਨਾਲ 6 ਨੂੰ ਭਾਗ ਕਰਾਂਗੇ ਬਾਕੀ ਕਿੰਨਾ ਬਚੇਗਾ 2 ਤੇ ਜਦੋਂ 3 ਦੇ ਨਾਲ 9 ਨੂੰ ਭਾਗ ਕਰਾਂਗੇ ਬਾਕੀ ਕਿੰਨਾ ਬਚੇਗਾ 3 ਇਹਦਾ ਮਤਲਬ ਲੱਗਾ ਕਿ ਜਦੋਂ ਅਸੀਂ ਇਹ ਦੋਨੋਂ ਰਕਮਾਂ ਵਿੱਚੋਂ 3x ਬਾਹਰ ਕੱਢ ਲਿਆ 3 ਦੇ ਨਾਲ 6 ਨੂੰ ਭਾਗ ਕਰਾਂਗੇ ਇੱਥੇ ਬਚੇਗਾ 2x 3 ਦੇ ਨਾਲ 9 ਨੂੰ ਭਾਗ ਕਰਾਂਗੇ ਬਾਕੀ ਕਿੰਨਾ ਬਚੇਗਾ 3 3 3 9 x ਤਾਂ ਬਾਹਰ ਕੱਢ ਲਈ ਇਹ ਦੋਨਾਂ ਵਿੱਚੋਂ ਕਾਮਨ ਬ੍ਰੈਕਟ ਬੰਦ ਹੁਣ ਮਾਈਨਸ ਦਾ 4x ਹੈ ਮਾਈਨਸ ਦਾ 6 ਹੈ ਮੈਂ ਉਦੋਂ ਵੀ ਕਿਹਾ ਸੀ ਜੋ ਵੀ ਰਕਮ ਜਿਹੜਾ ਵੀ ਸਾਈਨ ਇੱਥੇ ਹੋਈ ਹੋ ਉਹ ਥੱਲੇ ਆਉਂਦਾ ਹੋਵੇ ਜੇ ਮਾਈਨਸ ਹੈਗਾ ਤੇ ਮਾਈਨਸ ਹੀ ਆਏਗਾ ਹੁਣ 4 ਤੇ 6 ਨੂੰ ਕਿਹੜੀ ਰਕਮ ਹੈਗੀ ਜਿਹੜੀ ਦੋਨਾਂ ਨੂੰ ਭਾਗ ਕਰਦੀ ਹੈ 4 ਨੂੰ ਵੀ ਤੇ 6 ਨੂੰ ਵੀ ਉਹ 2 ਹੋਵੇ ਕਿਉਂਕਿ 2 ਦੇ ਨਾਲ ਜਦੋਂ 4 ਨੂੰ ਭਾਗ ਕਰਾਂਗੇ ਸਾਡੇ ਕੋਲ ਬਚੇਗਾ 2x ਬਾਹਰ ਮਾਈਨਸ ਦਾ ਸਾਈਨ ਹੋਵੇ ਤੇ ਇਹ ਵਾਲਾ ਮਾਈਨਸ ਚੇਂਜ ਹੋ ਕੇ ਕਿਤੇ ਵਿੱਚ ਹੋ ਜਾਏਗਾ ਪਲੱਸ ਵਿੱਚ 2 ਦੇ ਨਾਲ 6 ਨੂੰ ਭਾਗ ਕਰਾਂਗੇ ਬਾਕੀ ਕਿੰਨਾ ਬਚੇਗਾ 3 ਤੇ ਉਹਦਾ ਵੀ ਸਮਝਾਇਆ ਸੀ ਕਿ ਇਹ ਬ੍ਰੈਕਟ ਤੇ ਇਹ ਬ੍ਰੈਕਟ ਹਮੇਸ਼ਾ ਸੇਮ ਆਣੀ ਚਾਹੀਦੀ ਹੈ ਇਹ ਵੀ ਖਿਆਲ ਰੱਖਣਾ ਬਾਹਰ ਮਾਈਨਸ ਹੋਵੇ ਤੇ ਇਹ ਵਾਲਾ ਸਾਈਨ ਹਮੇਸ਼ਾ ਬਦਲ ਜਾਂਦਾ ਹੋਗਾ ਇਥੇ ਪਲੱਸ ਹੋ ਜਾਏਗਾ ਇਹ ਬ੍ਰੈਕਟ ਤੇ ਇਹ ਬ੍ਰੈਕਟ ਮੇਸ਼ਾਂ ਸੇਮ ਆਣੀ ਚਾਹੀਦੀ ਹੈਗੀ ਜਦੋਂ ਇਹ ਸੇਮ ਆ ਗਿਆ ਤਾਂ ਮਤਲਬ ਸਾਡੇ ਗੁਣਨਖੰਡ ਠੀਕ ਅਗੇ ਆ ਅਸੀਂ ਇਹ ਬ੍ਰੈਕਟ ਕਾਮਨ ਨਹੀਂ ਕਾਲਨੀ ਹੁਣ 2x ਜਮਾ 3 ਸੇਮ ਆ ਗਿਆ ਇਹ ਬਾਹਰ ਅਸੀਂ ਕਾਮਨ ਕਾਲਤਾ ਤੇ ਦੂਜੀ ਬ੍ਰੈਕਟ ਚ ਕੀ ਆਉਂਦਾ ਜਿਹੜੀਆਂ ਬਾਹਰ ਰਕਮਾਂ ਲੱਗੀਆਂ ਹੋਈਆਂ ਇਥੇ 3x ਹੈ ਤੇ ਇਥੇ ਕਿੰਨਾ ਆਗਾ ਸਾਡੇ ਕੋਲ -2 ਇਹ ਆ ਜਾਏਗਾ 3x 2 ਇਹ ਦੋ ਗੁਣਨਖੰਡ ਸਾਡੇ ਕੋਲ ਬਣ ਗਏ ਇਸ ਰਕਮ ਦੇ 6x ਦੀ 2 ਜਮਾ 5x 6 ਦੇ ਤੇ ਲਾਸਟ ਭਾਗ ਇਹਦਾ ਚੌਥਾ ਭਾਗ ਹੈ 3x ਦੀ 2 x 4 ਫਿਰ ਪਹਿਲੀ ਦਾ ਕੰਮ ਨੂੰ ਤੇ ਲਾਸਟ ਦਾ ਕੰਮ ਨੂੰ ਗੁਣਾ ਕਰਾਂਗੇ 3 ਨੂੰ -4 ਨਾਲ ਗੁਣਾ ਕਰਾਂਗੇ ਕਿੰਨਾ ਆਏਗਾ ਸਾਡੇ ਕੋਲ -12 ਰਫ ਚ ਅਸੀਂ ਬਾ ਲੈਤਾ -12 ਗੁਣਾ ਕਰਕੇ ਤੇ ਵਿਚਕਾਰ x ਦੇ ਨਾਲ ਕੁਝ ਨਹੀਂ ਲੱਗਿਆ ਜੇ ਕੁਝ ਨਾ ਲੱਗਿਆ ਹੋਵੇ ਤੇ ਆਪਣੇ ਵੱਲੋਂ ਅਸੀਂ ਕੀ ਲਿਖ ਸਕਦੇ ਹਾਂ 1 ਇਹਦਾ ਮਤਲਬ ਹੈ ਜੋੜ ਕਰਕੇ ਕਿੰਨਾ ਆਉਣਾ ਚਾਹੀਦਾ ਹੈ -1 ਹੁਣ ਅਸੀਂ ਲੱਭਦੇ ਹਾਂ ਉਹ ਰਕਮਾਂ ਜਿਨ੍ਹਾਂ ਨੂੰ ਗੁਣਾ ਕਰਕੇ 12 ਬੰਦਾ ਪਏ ਦੋ ਰਕਮਾਂ 1 4 12 1 6 12 ਇੱਕ 12 ਇੱਕ 12 ਉਹਨਾਂ ਸੀ ਦੇਖਣਾ ਕਿ ਇਹਨਾਂ ਨੂੰ ਕਿੰਨਾ ਨੂੰ ਜੋੜ ਕਰਕੇ ਇੱਕ ਬੰਦਾ ਚਾਰ ਤੇ ਤਿੰਨ 7 ਹੁੰਦੇ ਆ ਇੱਕ ਨਹੀਂ ਬੰਦਾ ਛੇ ਤੇ ਦੋ 8 ਹੁੰਦੇ 12 ਤੇ 13 ਹੁੰਦੇ ਇਹਦਾ मीनिंग ਹੈ ਇਹਨਾਂ ਚ ਕੋਈ ਵੀ ਅਸੀਂ ਜੀ ਜੋੜਾ ਲਈਏ ਕੋਈ ਵੀ ਪੇਅਰ ਲਈਏ ਕਿਸੇ ਨੂੰ ਵੀ ਜਮਾ ਕਰਕੇ ਇੱਕ ਨਹੀਂ ਬੰਦਾ ਇਸ ਲਈ ਅਸੀਂ ਹੁਣ ਜਮਾ ਕਰਕੇ ਨਹੀਂ ਸੋਚਣਾ ਘਟਾ ਕੇ ਸੋਚਣਾ ਹੈ ਪਹਿਲਾਂ ਪਹਿਲਾਂ ਸੋਚਦੇ ਹੁਣ ਚਾਰ ਚੋਂ ਤਿੰਨ ਘਟਾਵਾਂਗੇ ਤੇ ਇੱਕ ਆਂਦਾ ਪਿਆ ਉੱਪਰ ਇੱਕ ਹੀ ਚਾਹੀਦਾ ਹੈ ਇਹਦਾ ਮਤਲਬ ਅਸੀਂ ਇਹ ਵਾਲਾ ਜੋੜਾ ਇਹ ਵਾਲਾ ਪੇਅਰ ਲੈ ਕੇ ਚੱਲਾਂਗੇ ਇੱਕ ਚਾਰ ਤੇ ਇੱਕ ਨਾਲ ਕਿੰਨਾ ਲੈ ਗਵਾਂਗੇ ਤਿੰਨ ਲਿਖਣਾ ਕਿਸਾ ਹੋ ਗਿਆ 3x ਦੀ ਦੋ ਸੇਮ ਆਏਗਾ ਇਹ ਮਾਈਨਸ ਦਾ ਮਾਈਨਸ ਹੀ ਆ ਗਿਆ ਵਿਚਕਾਰ 1 ਦੀਏਗਾ ਜਿਹੜੀਆਂ ਅਸੀਂ ਇਹ ਦੋ ਰਕਮਾਂ ਲੱਭੀਆਂ ਹੋਈਆਂ ਉਹ ਲਿਖਾਂਗੇ ਤੇ ਉਹਨਾਂ ਨੂੰ ਘਟਾ ਦੇ ਕਿਉਂਕਿ 4 ਚੋਂ 3 ਘਟਾ ਕੇ 1 ਆਂਦਾ ਪਿਆ ਅਸੀਂ ਵਿਚਵਾਂ ਲਾਂਗੇ 4 3 ਤੇ ਬ੍ਰੈਕਟ ਦੇ ਬਾਹਰ ਕਿੰਨਾ ਬਲਾਂਗੇ x ਇਹ ਮਾਈਨਸ ਦਾ 4 ਸੇਮ ਆ ਗਿਆ x ਨੂੰ 4 ਨਾਲ ਗੁਣਾ ਕਰਾਂਗੇ ਬ੍ਰੈਕਟ ਹਟਾ ਦੇਣੀ ਹੈ ਬਾਹਰ ਮਾਈਨਸ ਹੈਗਾ ਤੇ ਇਹ ਵਾਲਾ ਸਾਈਨ ਬਦਲ ਜਾਣਾ ਹੋਵੇ ਜਦੋਂ ਬ੍ਰੈਕਟ ਹਟਾਵਾਂਗੇ ਪਹਿਲਾਂ x ਨੂੰ 4 ਦੇ ਨਾਲ ਲਿਖਾਂਗੇ 4x ਆਏਗਾ ਇਹ ਮਾਈਨਸ ਤੇ ਇਹ ਮਾਈਨਸ ਮਿਲ ਕੇ ਕੀ ਹੋ ਜਾਣਗੇ ਪਲੱਸ x ਨੂੰ 3 ਦੇ ਨਾਲ ਲਿਖਾਂਗੇ ਕਿੰਨਾ ਆਏਗਾ 3x ਇਹ -4 ਦਾ -4 ਆਏਗਾ ਫਿਰ ਅਸੀਂ ਦੇਖਣਾ ਕਿ ਦੋਨਾਂ ਚ ਕਾਮਨ ਕੀ ਹੈ ਇਹ ਰਕਮ ਹੈਗੀ ਮੇਰੇ ਕੋਲ 3x ਦੀ 2 ਇਹ ਰਕਮ ਹੈਗੀ ਮੇਰੇ ਕੋਲ -4x ਹੁਣ ਕੋਈ ਤੁਹਾਨੂੰ ਪੁੱਛੇ ਦੋਨਾਂ ਚ ਕਾਮਨ ਕੀ ਹੈ x ਦੋਨਾਂ ਕੋਲ ਹੈ ਉਹ ਤਾਂ ਨਿਹਾਈ ਹੈ ਕਾਮਨ ਕੋਈ ਇੱਕ ਰਕਮ ਜਿਹੜੀ 3 ਅਤੇ 4 ਦੋਨਾਂ ਨੂੰ ਭਾਗ ਕਰਦੀ ਹੈ ਕੋਈ ਨਹੀਂ ਹੈਗਾ ਸਿਰਫ 1 ਹੈ ਜਿਹੜਾ ਦੋਨਾਂ ਨੂੰ ਭਾਗ ਕਰਦਾ ਤੇ 1 ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ ਇਹਦਾ ਮਤਲਬ ਹੈ ਕਿ ਦੋਨਾਂ ਚ ਕਾਮਨ ਸਿਰਫ ਕੀ ਹੋਏਗਾ x ਜਦੋਂ ਮੈਂ x ਕਾਮਨ ਨਹੀਂ ਕਰਾਂਗਾ ਪਹਿਲੇ ਕੋਲ ਕਿੰਨਾ ਬਚੇਗਾ 3x ਇੱਥੋਂ ਵੀ x ਕਾਮਨ ਨਿਕਲ ਗਿਆ ਤੇ ਬਾਕੀ ਕਿੰਨਾ ਬਚੇਗਾ 4 ਉਹ ਕਿਤਾ ਦੋਨਾਂ ਵਿੱਚੋਂ ਅਸੀਂ x ਕਾਮਨ ਨਿਕਾਲ ਲਿਆ ਪਹਿਲੇ ਕੋਲ 3x ਬਚਿਆ ਮਾਈਨਸ ਅਦੇ ਕੋਲ ਕਿੰਨਾ ਬਚਿਆ 4 ਹੁਣ ਇਹ ਦੋ ਰਕਮਾਂ ਅਗਲੀਆਂ ਹੀ ਐ ਇੰਨਾ ਚ ਕਾਮਨ ਦੇਖਣਾ ਕੀ ਹੈ 3x ਤੇ -4 ਦੇ ਵਿੱਚੋਂ ਕੋਈ ਵੀ ਰਕਮ ਕਾਮਨ ਨਹੀਂ ਹੈਗੀ ਜੇ ਕੁਝ ਕਾਮਨ ਨਾ ਹੋਵੇ ਬਾਹਰ 1 ਲਿਖ ਦੇਈਂਦਾ ਹੋਵੇ ਕਿਉਂਕਿ 1 ਦੋਨਾਂ ਨੂੰ ਭਾਗ ਕਰ ਦੇ ਕਰਦਾ ਹੋਵੇ ਅੰਦਰ ਬਚੇਗਾ 3x 4 ਜਦੋਂ ਬਾਹਰ ਇਕੋ ਵੇ ਤੇ ਅੰਦਰ ਲੀਆਂ ਦੋ ਰਕਮਾਂ ਜਿਹੜੀਆਂ ਉਹ ਸੇਮ ਆ ਜਾਂਦੀਆਂ ਹੁਣ ਇਹ ਬ੍ਰੈਕਟ ਤੇ ਇਹ ਬ੍ਰੈਕਟ ਸੇਮ ਆ ਗਈ ਅਸੀਂ ਇਹ ਬ੍ਰੈਕਟ ਕਾਮਨ ਨਿਕਾਲ ਦਨੀ ਹੈ ਤੇ ਦੂਜੀ ਬ੍ਰੈਕਟ ਚ ਕੀ ਬਚੇਗਾ ਜਿਹੜੀਆਂ ਇਹ ਬਾਹਰ ਦੋ ਰਕਮਾਂ ਹੈਗੀਆਂ ਇੱਥੇ x ਹੈ ਤੇ ਇੱਥੇ ਜਮਾ ਕਿੰਨਾ ਹੋਵੇ 1 ਠੀਕ ਹੈ ਚੌਥਾ ਭਾਗ ਵੀ ਕੰਪਲੀਟ ਹੋ ਗਿਆ ਇਹਦਾ ਮਤਲਬ ਹੈ ਕਿ ਸਾਡੇ ਕੋਲ 4th ਸਮ ਸੀ 4th ਦੇ 4 ਚਾਰ ਪਾਰਟਸ ਹੈਗੇ ਸੀ ਚਲੋ ਤੁਹਾਨੂੰ ਕੰਪਲੀਟ ਕਰਾ ਦਿੱਤੇ ਹੈਗੇ ਠੀਕ ਹੈ ਅੱਜ ਇਹ ਦੋ ਪਾਰਟ ਅਸੀਂ ਕੀਤੇ ਹੁਣ ਅੱਜ ਅਸੀਂ ਕਰਾਂਗੇ ਐਕਸਰਸਾਈਜ਼ 2.4 ਦਾ ਪੰਜਵਾਂ ਸਮ ਠੀਕ ਹੈ ਇਹ ਕਾਫੀ ਲੈਂਥੀ ਸਮ ਹੈਗੀ ਹੈ ਪਹਿਲਾ ਗੁਨਨਖੰਡ ਬਣਾਓ x ਦੀ 3 2x ਦੀ 2 x 2 ਅਸੀਂ ਇਹਦੇ ਗੁਨਨਖੰਡ ਬਣਾਣੇ ਆ ਕਿੰਪ ਮੈਥਡ ਕੀ ਹੁੰਦਾ ਹੈ ਲਾਸਟ ਵਾਲੀ ਰਕਮ ਕਿੰਨੀ ਹੈਗੀ 2 ਅਸੀਂ ਦੇਖਣਾ ਹੈਗਾ ਕਿ 2 ਕਿਹੜੀ-ਕਿਹੜੀ ਰਕਮ ਨਾਲ ਡਿਵਾਈਡ ਹੁੰਦਾ ਹੁਣ 2 ਕਿਹਦੇ ਨਾਲ ਡਿਵਾਈਡ ਹੁੰਦਾ ਹੈ 2 ਕਿਹਰੇ-ਕਿਹਰੇ ਟੇਬਲ ਤੇ ਆਉਂਦਾ ਹੈ 2 1 2 ਠੀਕ ਹੈ ਹੋਰ ਕੋਈ ਵੀ ਰਕਮ ਨਹੀਂ ਹੁੰਦੀ ਐ ਇਹਦਾ ਮਤਲਬ ਹੈ ਕਿ ਇਹ ਦੋ ਦੇ ਦੋ ਗੁਨਨਖੰਡ ਹੋ ਗਏ 1 2 ਤੇ 1 1 ਇਹ ਵਾਲੀ ਤਾਂ 1 2 ਤੇ 1 1 ਦੋ ਦੇ ਨਾਲ ਵੀ ਪਲੱਸ ਮਾਈਨਸ ਦੋਨੋਂ ਸਾਈਨ ਵਾਲ ਲੈਣੇ ਆ ਇਹ ਇੱਕ ਦੇ ਨਾਲ ਵੀ ਪਲੱਸ ਮਾਈਨਸ ਦੋਨੋਂ ਸਾਈਨ ਵਾਲ ਲੈਣੇ ਆ ਇਹਦਾ ਮਤਲਬ ਹੋ ਗਿਆ ਕਿ ਇਸ ਦੋ ਨੂੰ ਕਿਹੜੀ ਕਿਹੜੀ ਰਕਮ ਭਾਗ ਕਰਦੀ ਐ 1 2 ਵੀ ਭਾਗ ਕਰਦਾ 1 2 ਵੀ ਭਾਗ ਕਰਦਾ ਪਲੱਸ ਮਾਈਨਸ ਦਾ ਮਤਲਬ ਹੈਗਾ ਹੋਰ ਇਸ ਦੋ ਨੂੰ ਕਿਹੜਾ ਭਾਗ ਕਰਦਾ 1 1 ਵੀ ਭਾਗ ਕਰਦਾ 1 1 ਵੀ ਭਾਗ ਕਰਦਾ ਇਹਦਾ ਮਤਲਬ ਹੈ ਕਿ ਐਸ 2 ਦੇ ਗੁਣਨਖੰਡ ਕਿੰਨੇ ਬਣੇ 4 ਬਣੇ 1 2 1 -2 1 1 ਤੇ 1 -1 ਪਹਿਲਾਂ ਅਸੀਂ ਦੇਖਣਾ ਹੈ ਕਿ ਜਿਹੜੀਆਂ 4 ਰਕਮਾਂ ਹੈਗੀਆਂ ਇਹਨਾਂ ਵਿੱਚੋਂ ਕੋਈ ਅਸੀਂ 1 ਇੱਕ ਰਕਮ ਲੈਣੀ ਪਹਿਲਾਂ ਮੰਨ ਲਓ ਅਸੀਂ ਸਭ ਤੋਂ ਪਹਿਲਾਂ 1 ਲੈ ਕੇ ਚੱਲਦੇ ਹਾਂ ਇਹ 1 ਨੂੰ ਅਸੀਂ ਇਹਦੇ ਵਿੱਚ ਭਰਨਾ ਹੈ ਬਹੁਪਦ ਵਿੱਚ ਕਿ ਜਦੋਂ ਮੈਂ ਇਹਦੇ ਵਿੱਚ x ਦਾ ਆਨਸਰ x ਦਾ ਜਿਹੜਾ ਮਾਨ ਹੈਗਾ ਜੇ 1 ਭਰਾਂ ਤੇ ਇਹਦਾ ਆਨਸਰ 0 ਬੰਨਣਾ ਚਾਹੀਦਾ ਜੇ 1 ਨਾਲ ਨਹੀਂ ਬੰਦਾ ਤੇ ਫਿਰ ਅਸੀਂ -1 ਭਰਾਂਗੇ x ਦੀ ਏਗਾ ਦੇ ਉੱਪਰ ਜੇ ਉਹਦੇ ਨਾਲ ਵੀ 0 ਬੰਦਾ ਤੇ ਫਿਰ 2 ਭਰਾਂਗੇ ਜੇ 2 ਦੇ ਨਾਲ ਵੀ ਨਹੀਂ ਬੰਦਾ ਤੇ ਫਿਰ -2 ਭਰਾਂਗੇ ਅਸੀਂ ਇਹ ਸਾਰੀਆਂ ਰਕਮਾਂ ਸੋਚਣੀਆਂ ਨੇ ਜਿਹਦੇ ਨਾਲ ਬਣ ਗਿਆ 0 ਫਿਰ ਬਾਕੀਆਂ ਬਾਕੀ ਭਰਨ ਦੀ ਜਰੂਰਤ ਨਹੀਂ ਹੈਗੀ ਜੇ ਕਿਸੇ ਇੱਕ ਰਕਮ ਦੇ ਨਾਲ 0 ਬਨ ਜੇ ਫਿਰ ਬਾਕੀ ਰਕਮਾਂ ਨੂੰ ਉਹਦੇ ਵਿੱਚ 0 ਭਰਨ ਦੀ ਜਰੂਰਤ ਨਹੀਂ ਹੈਗੀ ਹੁਣ ਜਿਸਾ ਮੰਨ ਲਓ ਪਹਿਲਾਂ ਮੈਂ x ਤੇ ਆ ਮਾਨ 1 ਭਰਿਆ ਇਹਦੇ ਵਿੱਚ ਪਹਿਲਾਂ ਜਿਹੜਾ ਬਹੁਪਦ ਹੈ ਉਹਨੂੰ ਮੈਂ ਲਿਖ ਲਿਖਤਾ px ਮਾਨਾ ਪੀ ਐਕਸ ਬਰਾਬਰ ਐਕਸ ਦੀ ਘਾਤ 3 2ਐਕਸ ਦੀ 2 ਐਕਸ ਜਮਾ 2 ਹੁਣ ਮੈਂ ਲਿਖਣ ਲੱਗਿਆ ਵਾਂ ਐਕਸ ਬਰਾਬਰ 1 ਕੋ ਬਹੁਪਦ ਪੀ ਐਕਸ ਮੇਂ ਭਰਨੇ ਪਰ ਪਹਿਲਾਂ ਮੈਂ 1 ਲੈ ਕੇ ਚੱਲਿਆ ਜਿੱਥੇ ਜਿੱਥੇ ਐਕਸ ਹੈ ਉਹਦੀ ਜਗ੍ਹਾ 1 ਭਰ ਦੋ ਇੱਥੇ ਵੀ 1 ਇਧਰ ਵੀ 1 ਦੋ ਨੇ ਦੋ ਹੀ ਰਹਿਣਾ ਹੋਵੇ 1 ਦੀ ਘਾਤ 3 1 ਕੀ ਹੁੰਦਾ 1 ਨੂੰ ਜਿੰਨੀ ਮਰਜ਼ੀ ਵਰੀ ਗੁਣਾ ਕਰੋ 1 ਦੀ ਘਾਤ 2 1 ਕੀ ਹੁੰਦਾ ਤੇ ਦੋ ਨੂੰ ਇੱਕ ਨਾਲ ਗੁਣਾ ਕਰਾਂਗੇ ਦੋ ਹੀ ਰਹੇਗਾ ਇਹ -1 ਆ ਗਿਆ 2 ਆ ਗਿਆ 1 ਜਮਾ ਦੇ ਹੈਗੇ 2 ਜਮਾ ਦੇ ਆ ਦੋ ਤੇ ਇੱਕ 3 ਹੋ ਗਏ 3 ਦੇ ਵਿੱਚੋਂ ਇਹ 3 ਕੱਟ ਜਾਣਗੇ ਜੈਸਾ ਗੱਲ ਦੋ ਨਾਲ ਦੋ ਕੱਟਿਆ ਗਿਆ ਇੱਕ ਨਾਲ ਇੱਕ ਕੱਟਿਆ ਗਿਆ ਕਿੰਨਾ ਛੇਸ਼ ਬਚਿਆ 0 ਤੇ 0 ਹੀ ਆਣਾ ਚਾਹੀਦਾ ਸੀ ਜੇ x ਦੀ x ਦਾ ਮਾਨ 1 ਭਰ 1 ਭਰਿਆ ਸੀ px ਜੇ ਉਹਦਾ ਆਨਸਰ 0 ਆ ਗਿਆ ਫਿਰ ਤੁਹਾਨੂੰ ਬਾਕੀ ਜਿਹੜੀਆਂ ਹੈਗੀਆਂ 2 -2 ਜਾਂ -1 ਭਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਅਸੀਂ x ਦਾ ਕੀ ਮਾਨ ਭਰਿਆ 1 px ਵਿੱਚ ਤੇ p 1 ਦਾ ਅਨਸਰ ਕਿੰਨਾ ਆ ਗਿਆ 0 ਆ ਗਿਆ ਇਹ ਧਿਆਨ ਨਾਲ ਸਮਝ ਲੈ ਅਸੀਂ x ਦਾ ਕਿੰਨਾ ਮਾਨ ਭਰਿਆ 1 1 ਨੂੰ ਖੱਬੇ ਪਾਸੇ ਲਿਆਓ ਪਲੱਸ ਦਾ 1 ਅਗਦਰ ਲੈ ਕੇ ਆਵਾਂਗੇ ਕਿੰਨਾ ਆ ਜਾਏਗਾ -1 ਤੇ ਬਰਾਬਰ ਕਿੰਨਾ ਬਚੇਗਾ 0 ਇਹ ਜਿਹੜਾ x 1 ਆਇਆ ਅਸੀਂ ਕਵਾਂਗੇ ਕਿ x 1 ਇਸ ਜਿਹੜਾ px ਦਾ ਉਹ ਗੁਨਨਖੰਡ ਹੈ ਕਿਉਂ ਗੁਨਨਖੰਡ ਹੈ ਕਿਉਂਕਿ ਗੁਨਨਖੰਡ ਪ੍ਰਮੇਾ ਸਾਡੇ ਕੋਲ ਇਹੋ ਕਹਿੰਦੀ ਹੈ ਅਸੀਂ ਲਿਖਾਂਗੇ ਇਸ ਲਈ x 1 ਬਹੁਪਦ px ਦਾ ਗੁਨਨਖੰਡ ਹੈ x 1 ਬਹੁਪਦ px ਦਾ ਗੁਨਨਖੰਡ ਹੈ ਹੁਣ ਅੱਗੇ ਕੀ ਕਰਨਾ ਹੈ ਹੁਣ ਕਿਉਂਕਿ x 1 spx ਦਾ ਗੁਨਨਖੰਡ ਹੈ ਹੁਣ ਅਸੀਂ x 1 ਦੇ ਨਾਲ spx ਨੂੰ ਭਾਗ ਕਰਨਾ ਹੈ ਉਹ ਧਿਆਨ ਨਾਲ ਸਮਝ ਨਹੀਂ ਆ ਕਿਉਂਕਿ ਇਹ ਪਹਿਲਾਂ ਨਹੀਂ ਕੀਤਾ ਹੋਇਆ ਹੁਣ x 1 ਦੇ ਨਾਲ ਅਸੀਂ ਇਸ ਬਹੁਪਦ ਨੂੰ ਭਾਗ ਕਰਨਾ ਹੈ ਠੀਕ ਹੈ x 1 ਦੇ ਨਾਲ ਅਸੀਂ ਬਹੁਪਦ ਨੂੰ ਭਾਗ ਕਰਨਾ ਹੈ ਕਿਹੜੀ ਬਹੁਪਦ ਨੂੰ ਭਾਗ ਕਰਨਾ ਹੈਗਾ px ਨੂੰ ਇਹ ਰਾਫੀਆ ਮੇਨਾਲ ਕਰਕੇ ਦੱਸਣਗੇ ਪਹਿਲਾਂ ਠੀਕ ਹੈ x 1 ਦੇ ਨਾਲ ਅਸੀਂ ਕਿਸ ਬਹੁਪਦ ਨੂੰ ਭਾਗ ਕਰਨਾ ਹੈ x ਦੀ 3 2x ਦੀ 2 x 2 ਨੂੰ ਭਾਗ ਕਰਨਾ ਇਸ ਬਹੁਪਦ ਨੂੰ ਠੀਕ ਹੈ x 1 ਦੇ ਨਾਲ ਕਿਸ ਤਰ੍ਹਾਂ ਭਾਗ ਕਰਨਾ ਹੈ ਇਹ ਪਹਿਲੀ ਰਕਮ ਕਿੰਨੀ ਹੈਗੀ ਮੇਰੇ ਕੋਲ x ਦੇ 3 ਉਹ ਮੈਂ ਇੱਥੇ ਵਾਦ ਨਹੀਂ ਰੱਫ ਦੇ ਵਿੱਚ ਸਾਈਡ ਤੇ बटे ਵਿੱਚ ਕੀ ਬਣਾ ਹੈ ਇਧਰ x ਵਾਲੀ ਰਕਮ ਕਿੰਨੀ ਹੈਗੀ ਕੱਲਾ x ਹੈ ਉਹਨੂੰ बटे ਚ ਵਾਦੋ ਜਦੋਂ x ਦੀ ਘਾਤ 3 ਨੂੰ ਅਸੀਂ x ਨਾਲ ਭਾਗ ਕਰਾਂਗੇ ਉੱਪਰ x 3 ਅਗੇ ਥੱਲੇ 1 ਅਗੇ ਇਹ 1 ਉੱਪਰ ਜਾ ਕੇ ਮਾਈਨਸ ਹੋ ਜਾਣਾ ਜਾਂ ਕਹਿ ਲਓ ਕਿ 1x 3x ਨਾਲ ਕੱਟੇਗੇ ਬਾਕੀ x ਦੀ ਘਾਤ ਕਿੰਨੀ ਬਚੇਗੀ 2 ਵੈਸੇ ਤਾਂ ਐਸਾ ਹੁੰਦਾ ਕਿ ਇਹ ਵਾਲੀ ਘਾਤ ਉੱਪਰ ਜਾ ਕੇ ਮਾਈਨਸ ਹੋ ਜਾਂਦੀ 1 ਘਾਤ 3 ਵਿੱਚੋਂ ਘਟਾਵਾਂਗੇ ਬਾਕੀ x ਦੀ ਘਾਤ ਬਚੇਗੀ 2 ਮੇਰੇ ਕੋਲ ਬਚੇ x ਦੀ ਘਾਤ 2 ਹੁਣ ਜਿਹੜੀ x ਦੀ ਘਾਤ 2 ਹੈ ਇਹਨੂੰ ਮੈਂ ਇੱਥੇ ਲਿਖ ਲਿਤਾ ਰਫ ਵਿੱਚ ਤੇ ਨਾਲ ਬ੍ਰੈਕਟ ਦੇ ਵਿੱਚ ਕੀ ਲਿਖ ਲੈਣਾ ਜਿਹਦੇ ਨਾਲ ਮੈਂ ਭਾਗ ਕਰਦਾ ਪਿਆ ਕਿਹਦੇ ਨਾਲ ਭਾਗ ਕਰਦਾ ਪਿਆ x 1 ਦੇ ਨਾਲ x ਦੀ 2 ਨੂੰ x ਨਾਲ ਗੁਣਾ ਕਰੀਏ x ਦੀ 2 ਨੂੰ x ਨਾਲ ਗੁਣਾ ਕਰਾਂਗੇ ਇਦੀ ਘਾਤ 1 ਹੈ ਇਦੀ ਘਾਤ 2 ਹੈ ਜਦੋਂ ਅਸੀਂ x ਦੀ 2 ਨੂੰ x ਨਾਲ ਗੁਣਾ ਕਰਾਂਗੇ x ਦੀ ਘਾਤ 3 ਹੋ ਜਾਏਗੀ ਘਾਤਾਂ ਜਮਾਉਂਦੀਆਂ ਮਾਈਨਸ ਫਿਰ x ਦੀ ਘਾਤ 2 ਨੂੰ 1 ਨਾਲ ਗੁਣਾ ਕਰਾਂਗੇ ਤੇ x ਦੀ ਘਾਤ 2 ਦੁਬਾਰਾ ਸਮਝੋ ਜਿਹੜੀ ਬ੍ਰੈਕਟ ਦੇ ਬਾਹਰ ਰਕਮ ਹੈਗੀ x ਦੀ 2 ਇਹ ਵਾਲੀ ਇਹਨੂੰ ਅਸੀਂ ਇਹਦੇ ਨਾਲ ਗੁਣਾ ਕਰਨਾ ਹੈ ਪਹਿਲਾਂ x ਦੀ ਘਾਤ 2 ਨੂੰ x ਨਾਲ ਗੁਣਾ ਕਰਾਂਗੇ ਇਹਦੀ ਘਾਤ 2 ਹੈਦੀ 1 ਹੈ ਤੇ 2 ਜਮਾ 1 ਕਿੰਨੇ ਹੋ ਜਾਣਗੇ 3 ਫਿਰ x ਦੀ ਘਾਤ 2 ਨੂੰ 1 ਨਾਲ ਗੁਣਾ ਕਰਾਂਗੇ ਤੇ x ਦੀ ਘਾਤ 2 ਹੀ ਆਏਗੀ ਇਹ ਜਿਹੜੀਆਂ ਦੋ ਰਕਮਾਂ ਆ ਗਈਆਂ ਅਸੀਂ ਇੱਥੇ ਲਿਖ ਦਣੀ ਐ x ਦੀ ਘਾਤ 3 ਇੱਥੇ ਲਿਖੀ ਐ ਤੇ ਜਿਹੜੀ x ਦੀ ਘਾਤ 2 ਹੈ ਉਹਨੂੰ ਅਸੀਂ ਇੱਥੇ ਲਿਖਾਂਗੇ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਐ ਸਾਈਨ ਅੱਗੇ ਇਹਦੇ ਕੋਈ ਨਹੀਂ ਗਾ ਇਹਦਾ ਮੈਂ ਪਲੱਸ ਦਾ ਐ ਇਹਦਾ ਸਾਈਨ ਬਦਲ ਦੇਣਾ ਮਾਈਨਸ ਹੋ ਗਿਆ ਤੇ ਜੇ ਮਾਈਨਸ ਹੈਗਾ ਤੇ ਇਹ ਕਿਹਦਾ ਹੋ ਜਾਏਗਾ ਪਲੱਸ ਹੋ ਜਾਏਗਾ ਇਹ ਦੋਨੋਂ ਕੱਟੇਗੇ ਕਿਉਂਕਿ ਇਹ ਪਲੱਸ ਦਾ ਹੈਗਾ ਤੇ ਇਹ ਮਾਈਨਸ ਦਾ ਹੈਗਾ ਦੋਨੋਂ ਰਕਮਾਂ ਕੱਟ ਗਈਆਂ ਦੋ ਅੱਗੇ ਕਿਹੜਾ ਸਾਈਨ ਹੈਗਾ ਮਾਈਨਸ ਦਾ ਇਹ ਜਿਹੜਾ x ਦੀ 2 ਹੋ ਗਿਆ ਇਹ ਇੱਕ x ਦੀ 2 ਐ ਇਹਦੇ ਕਿਹੜਾ ਸਾਈਨ ਹੈਗਾ ਪਲੱਸ ਦਾ ਥੱਲੇ ਵਾਲਾ ਸਾਈਨ ਦੇਖੀਂਦਾ 2 ਮਾਈਨਸ ਦਾ 1 ਜਮਾ ਦਾ ਹੈਗੇ ਆ ਜਦੋਂ ਦੋ ਰਕਮਾਂ ਦੇ ਸਾਈਨ ਅਲੱਗ-ਅਲੱਗ ਹੋਣ ਉਹਨਾਂ ਨੂੰ ਘਟਾ ਦਿੰਦਾ ਹੈਗਾ 2x ਦੀ 2 ਦੇ ਵਿੱਚੋਂ 1x ਦੀ 2 ਘਟਾਵਾਂਗੇ ਬਾਕੀ ਬਚੇਗਾ 1x ਦੀ 2 ਫਿਰ ਸਮਝ ਲਓ 2 ਦੇ ਅੱਗੇ ਮਾਈਨਸ ਦਾ ਸਾਈਨ ਹੈ 1 ਅੱਗੇ ਸਾਈਨ ਪਲੱਸ ਦਾ ਇਹ ਵਾਲਾ ਸਾਈਨ ਹੀ ਦੇਖਣਾ ਥੱਲੇ ਵਾਲਾ ਦੇਖੀਂਦਾ ਹਗਾ ਸਾਈਨ ਇਹਦਾ 2 ਮਾਈਨਸ ਦਾ ਹੈ 1 ਜਮਾ ਦਾ ਹੈ ਜਦੋਂ ਦੋ ਰਕਮਾਂ ਦੇ ਸਾਈਨ ਅਲੱਗ-ਅਲੱਗ ਹੋਣ ਉਹਨਾਂ ਨੂੰ ਹਮੇਸ਼ਾ ਘਟਾ ਦਿੰਦਾ ਹੈ ਤੇ ਆਨਸਰ ਦੇ ਨਾਲ ਵੱਡੀ ਰਕਮ ਦਾ ਸਾਈਨ ਵਾਜ ਦਿੰਦਾ ਕਿਉਂਕਿ ਵੱਡੀ ਰਕਮ ਮਾਈਨਸ ਦੀ ਕੀ ਨਾਲ ਮਾਈਨਸ ਆਏਗਾ ਇਹ 2 ਇਕਮਾ ਥੱਲੇ ਉਤਾਰ ਲਓ -x ਜਮਾ ਕਿੰਨਾ ਆਏਗਾ 2 ਇਹ ਪਹਿਲਾ ਸਟੈਪ ਕੰਪਲੀਟ ਹੋਇਆ ਫਿਰ ਫਿਰ ਉਹ ਯੂ ਸਟੈਪ ਫਿਰ ਇਹ ਪਹਿਲੀ ਰਕਮ ਇਕ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਇਹ ਪਹਿਲੀ ਰਕਮ ਲਿਖ ਦੇਣੀ ਇੱਥੇ -x ਦੀ 2 ਉੱਪਰ बटे ਵਿੱਚ ਫਿਰ ਇਹ ਵਾਲਾ x ਲਿਖ ਦੇਣਾ ਹੋਵੇ ਫਿਰ x ਦੀ ਘਾਤ 2 ਹੈ x ਦੀ ਘਾਤ ਇੱਕ ਇਕੋ ਤੇ ਆ ਕੇ ਮਾਈਨਸ ਹੋ ਜਾਏਗੀ ਇਹਦਾ ਮਤਲਬ x ਦੀ ਘਾਤ 1 ਬਚੇ ਰਹੀ ਨਾਲੇ ਮਾਈਨਸ ਦਾ ਮਾਈਨਸ ਐਸਾਂ ਵੀ ਸਮਝ ਸਕਦੇ ਹੋ ਸਮਝ ਸਕਦੇ ਹੋ x2 ਹੋ ਗਿਆ ਇੱਕ ਕੱਟਿਆ ਗਿਆ ਇੱਕ x ਬਚਿਆ ਰਹਿ ਗਿਆ ਉੱਪਰ ਘਾਤ ਇੱਕ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ ਇਹਨੂੰ ਇੱਥੇ ਲਿਖ ਦੋ -x ਜਿਹੜਾ ਬਚਿਆ ਇਹ ਜਿਹੜਾ ਬਚਿਆ ਇਹਨੂੰ ਇੱਥੇ ਵੀ ਲਿਖ ਦੋ ਰਫ ਵਿੱਚ ਨਾਲ ਬ੍ਰੈਕਟ ਦੇ ਵਿੱਚ ਕੀ ਲਿਖਣਾ ਹੈ ਜਿਹਦੇ ਨਾਲ ਅਸੀਂ ਭਾਗ ਕਰਦੇ ਪਈਆਂ x 1 -x ਨੂੰ x ਨਾਲ ਗੁਣਾ ਕਰਾਂਗੇ -x ਦੀ ਘਾਤ 2 ਹੋ ਜਾਏਗੀ ਕਿਉਂਕਿ ਇਹਦੀ ਘਾਤ ਇੱਕ ਹੈ ਦੀ ਘਾਤ ਇੱਕ ਹੈ 2 ਹੋਏਗੀ ਮਾਈਨਸ ਨੂੰ ਮਾਈਨਸ ਨਾਲ ਗੁਣਾ ਕਰਾਂਗੇ ਪਲੱਸ x ਨੂੰ 1 ਨਾਲ ਗੁਣਾ ਕਰਾਂਗੇ 1x ਆ ਜਾਏਗਾ ਜਿਹਨੂੰ x ਕਵਾਂਗੇ ਇਹ ਆ ਜਾਏਗਾ ਮੇਰੇ ਕੋਲ -x ਦੀ e eyeshadow e e 2 ਤੇ ਨਾਲ ਜਮਾ ਕਿੰਨਾ ਆਏਗਾ x ਫਿਰ ਦੋਨਾਂ ਦੇ ਸਾਈਨ ਬਦਲ ਦੋ ਇਹ ਮਾਈਨਸ ਹੈਗਾ ਨੀਚੇ ਕਿਹੜਾ ਸਾਈਨ ਆ ਜਾਏਗਾ ਪਲੱਸ ਦਾ ਤੇ ਇਹ ਪਲੱਸ ਹੈਗਾ ਤੇ ਕਿਹੜਾ ਸਾਈਨ ਆ ਜਾਏਗਾ ਮਾਈਨਸ ਦਾ ਇਹ ਜਿਹੜੇ ਦੋ ਸਾਈਨ ਹੁੰਦੇ ਆ ਇਹਨਾਂ ਨੂੰ ਬਦਲ ਦਿੰਦਾ ਹੈ ਮਾਈਨਸ ਹੈਗਾ ਤੇ ਪਲੱਸ ਕਰ ਦੋ ਪਲੱਸ ਹੈਗਾ ਤੇ ਮਾਈਨਸ ਕਰ ਦੋ ਫਿਰ ਇਹ ਦੋ ਰਕਮਾਂ ਕੱਟेंगी ਕਿਉਂਕਿ ਇਹ ਦੇਖਿਓ ਸਾਈਨ ਮਾਈਨਸ ਦਾ ਹੈ ਇਹ ਦੇਖਿਓ ਸਾਈਨ ਪਲੱਸ ਦਾ ਹੋਵੇ -x ਤੇ -x x ਦਾ मीनिंग ਤੁਹਾਨੂੰ ਸਮਝਾਇਆ 1x ਹੁੰਦਾ ਹੈ x ਦਾ ਮਤਲਬ 1x ਹੁੰਦਾ ਹੈ ਇਹਦਾ ਸਾਈਨ ਐ ਨਹੀਂ ਦੇਖੀਂਦਾ ਥੱਲੇ ਵਾਲਾ ਦੇਖੀਂਦਾ ਹੈ ਇਹਦਾ ਸਾਈਨ ਸਾਹਮਣੇ ਵਾਲਾ ਦੇਖੀਂਦਾ ਹੈ -1x ਤੇ -1x -2x ਹੋਣਗੇ ਨਾਲ ਜਮਾ ਦਾ 2 ਸੇਮ ਆਇਆ ਠੀਕ ਹੈ ਤੀਜਾ ਸਟੈਪ ਵੀ ਕੰਪਲੀਟ ਹੋ ਗਿਆ ਅਗਲਾ ਸਟੈਪ ਫੇਰ ਉਸੇ ਦੇ ਨਾਲ ਫੇਰ ਪਹਿਲੀ ਦਾ ਕੰਮ ਕਿੰਨੀ ਹੈਗੀ ਹੈ -2x बटे ਵਿੱਚ ਜਿਹਦੇ ਨਾਲ ਭਾਗ ਕਰਦੇ ਪਏ x ਉਹ ਲਿਖਾਂਗੇ ਫਿਰ x ਨੇ x ਕੱਟਿਆ ਗਿਆ ਬਾਕੀ ਕਿੰਨਾ ਬਚੇਗਾ -2 ਇਹਨੂੰ ਅਸੀਂ ਇੱਥੇ ਲਿਖ ਦਾਂਗੇ -2 ਫਿਰ ਇਹ -2 ਦਾ ਕੀ ਕਰਨਾ ਹੈ ਇਹ -2 ਦੇ ਨਾਲ ਜਿਹਦੇ ਨਾਲ ਅਸੀਂ ਭਾਗ ਕਰਦੇ ਪੀਆ x 1 ਉਹਨੂੰ ਗੁਣਾ ਕਰਾਂਗੇ -2 ਨੂੰ x ਨਾਲ ਗੁਣਾ ਕਰਾਂਗੇ -2x ਤੇ -2 ਨੂੰ -1 ਨਾਲ ਗੁਣਾ ਕਰਾਂਗੇ +2 ਇਹ ਦੋਨੋਂ ਰਕਮ ਅਸੀਂ ਇੱਥੇ ਲਿਖ ਦਨੀ ਆ -2x 2 ਇਹ ਪਲੱਸ ਹੋ ਗਿਆ ਪਲੱਸ ਮਾਈਨਸ ਹੋ ਗਿਆ ਇਹ ਵੀ ਕੱਟਿਆ ਗਿਆ ਇਹ ਵੀ ਕੱਟਿਆ ਗਿਆ। ਛੇਸ਼ ਕਿੰਨਾ ਬਚਿਆ? 0। ਇਹ ਪਹਿਲਾਂ ਤਾਂ ਭਾਗ ਤੁਹਾਨੂੰ ਆਣੀ ਚਾਹੀਦੀ ਹੈ। ਰਫ ਮੈਂ ਦੱਸਿਆ। ਬਾਕੀ ਇੱਥੇ ਕੀਤਾ ਹੋਇਆ ਪਹਿਲਾਂ ਹੀ। ਇਹ ਦੁਬਾਰਾ ਦੇਖ ਲਓ। x 1 ਨਾਲ ਭਾਗ ਕਰਨਾ ਸੀ ਜਿਹੜਾ ਬਹੁਪਦ ਦਾ ਗੁਨਨਖੰਡ ਹੈ ਉਹਦੇ ਨਾਲ ਭਾਗ ਕਰਨਾ ਹੈ। ਕਿੰ ਨੂੰ ਕਰਨਾ ਬਹੁਪਦ ਨੂੰ। ਬਹੁਪਦ ਹੈਗੀ ਹੈ ਸਾਡੇ ਕੋਲ। ਠੀਕ ਹੈ ਇਹ ਰਫ ਵਰਕ ਵੀ ਲਿਖਿਆ ਹੈ। ਪਹਿਲੀ ਰਕਮ x ਦੀ 3 ਹੈ ਉਹਨੂੰ ਉੱਪਰ ਲਿਖਾਂਗੇ। ਇਹ ਪਹਿਲੀ ਰਕਮ x ਨੂੰ ਨੀਚੇ ਲਿਖਾਂਗੇ। ਇਹ ਘਾਤੀਕ ਇੱਕ ਜਾ ਕੇ ਉੱਪਰ ਮਾਈਨਸ ਹੋ ਜਾਏਗੀ x ਦੀ 3 ਦੇ ਵਿੱਚੋਂ x ਇੱਕ ਕੱਟੇ ਜਾਏਗਾ ਬਾਕੀ x ਦੀ ਘਾਤ 2 ਬਚੇਗੀ ਇਹ ਜਿਹੜੀ x ਦੀ ਘਾਤ 2 ਬਚੀ ਇਹਨੂੰ ਅਸੀਂ ਉੱਪਰ ਲਿਖ ਦਿੱਤਾ ਇੱਥੇ ਤੇ ਨਾਲ ਇਹ ਜਿਹੜੀ x ਦੀ ਘਾਤ 2 ਬਚੀ ਇਹਨੂੰ ਇੱਥੇ ਵੀ ਲਿਖ ਲੈਣਾ ਰਫ ਵਿੱਚ ਨਾਲ ਬ੍ਰੈਕਟ 'ਚ ਕੀ ਲਿਖਣਾ ਜਿਸ ਦੇ ਨਾਲ ਅਸੀਂ ਭਾਗ ਕਰਦੇ ਪਏ ਹਾਂ x 1 x ਦੀ 2 ਨੂੰ x ਨਾਲ ਗੁਣਾ ਕਰਾਂਗੇ ਇਹਦੀ ਘਾਤ 1 ਹੈ ਤੇ ਇਹਦੀ ਘਾਤ 2 ਹੈ ਜਮਾ ਹੋ ਜਾਂਦੀਆਂ ਗਾਤਾਂ 2 ਤੇ 1 3 x ਦੀ 2 ਨੂੰ x ਨਾਲ ਗੁਣਾ ਕਰਾਂਗੇ x ਦੀ ਘਾਤ 3 ਆਏਗੀ x ਦੇ 2 ਨੂੰ -1 ਨਾਲ ਗੁਣਾ ਕਰਾਂਗੇ -x ਦੀ 2 ਆਏਗਾ ਇਹ ਦੋਨੋਂ ਰਕਮਾਂ ਅਸੀਂ ਇੱਥੇ ਲਿਖ ਦੇਣੀ ਐ x ਦੀ 3 ਵੀ ਲਿਖ ਦੇਣਾ ਤੇ -x ਦੀ 2 ਵੀ ਲਿਖ ਦੇਣਾ ਇਹ ਪਲੱਸ ਦਾ ਸਾਈਨ ਹੈ نیچے gira ਸਾਈਨ ਆਏਗਾ ਮਾਈਨਸ ਦਾ ਇਹ ਮਾਈਨਸ ਹੈ نیچے gira ਆਏਗਾ ਪਲੱਸ ਹੈ ਦੋਨੋਂ ਸਾਈਨ ਮੇਸ਼ਾ ਬਦਲਨੇ ਹੁੰਦੇ ਐ ਕੱਟੇਗੇ -2x ਦੀ 2 ਤੇ ਇਹਦਾ ਮਤਲਬ ਹੈ ਹੁਣੇ ਸਮਝਿਆ ਇਹ 1x ਦੀ 2 ਹੁੰਦਾ 1 ਆਪ ਤੁਸੀਂ ਸੋਚ ਸਕਦੇ ਹੋ ਜੁੜੀ ਨਹੀਂ ਹੁੰਦਾ ਉੱਥੇ ਲਗਾਣਾ 1 ਸੋਚ ਸਕਦੇ ਆ ਇਹਦੇ ਆ ਸਾਈਨ ਸਾਹਮਣੇ ਵਾਲਾ ਸੋਚਿੰਦਾ ਇਹਦਾ ਸਾਈਨ ਥੱਲੇ ਵਾਲਾ ਸੋਚਿੰਦਾ ਸਾਮਨੇ ਵਾਲਾ ਨਹੀਂ ਲੈਣਾ ਇਹਦਾ نیچے ਵਾਲਾ ਲੈਣਾ 2 ਮਾਈਨਸ ਦੇ ਹੈਗੇ ਆ 2 ਦੇ ਅੱਗੇ ਸਾਈਨ ਮਾਈਨਸ ਦਾ 1 ਅੱਗੇ ਸਾਈਨ ਪਲੱਸ ਦਾ ਦੋਨਾਂ ਦੇ ਸਾਈਨ ਅਲੱਗ-ਅਲੱਗ ਅਗੇ ਆ 2 ਦੇ ਵਿੱਚੋਂ 1 ਘਟਾਵਾਂਗੇ ਤੇ ਸਾਈਨ ਵੱਡੀ ਰਕਮ ਦਾ ਆਏਗਾ ਇਹ ਆ ਜਾਏਗਾ ਮਾਈਨਸ 1x ਦੀ 2 ਤੇ ਮੈਂ 1 ਲਿਖਣ ਦੀ ਕੋਈ ਜ਼ਰੂਰਤ ਨਹੀਂ ਇਹ ਦੋਨੋਂ ਰਕਮਾਂ ਬਾਕੀ ਥੱਲੇ ਉਤਾਰ ਲੈਣੀ ਹੈ ਫਿਰ ਅਗਲਾ ਸਟੈਪ ਪਹਿਲੀ ਰਕਮ ਮਾਈਨਸ x ਦੀ 2 ਹੋ ਗਈ ਹੈ ਇਹਨੂੰ ਫਿਰ ਉੱਪਰ ਲਿਖ ਦਿੱਤਾ बटे ਵਿੱਚ ਕੀ ਲਿਖਾਂਗੇ ਜਿਸ ਨਾਲ ਭਾਗ ਕਰਦੇ ਪਏ x ਉਹਨੂੰ نیچے ਲਿਖਾਂਗੇ x ਦੀ ਘਾਤ 2 ਹੈ نیچے 1 ਹੈ ਇਹ 1 ਘਾਤ ਉੱਪਰ ਜਾ ਕੇ ਮਾਈਨਸ ਹੋ ਜਾਏਗੀ 2 ਚੋਂ 1 ਘਟਾਵਾਂਗੇ 1 ਘਾਤ ਬਚੇਗੀ x ਦੀ ਘਾਤ 1 ਮਾਈਨਸ ਸੇਮ ਆਏਗਾ ਇਹ ਜਿਹੜਾ ਮਾਈਨਸ x ਆ ਗਿਆ ਇਹਨੂੰ ਅਸੀਂ ਇੱਥੇ ਲਿਖ ਦਨੇ ਆਂ ਇਹ ਵਾਲੇ ਮਾਈਨਸ x ਨੂੰ ਅਸੀਂ ਇੱਥੇ ਵੀ ਲਿਖਾਂਗੇ ਨਾਲ ਬ੍ਰੈਕਟ ਚ ਕੀ ਲਿਖਾਂਗੇ ਫਿਰ ਜਿਹਦੇ ਨਾਲ ਭਾਗ ਕਰਦੇ ਪਏ ਆਂ ਮਾਈਨਸ x ਨੂੰ x ਨਾਲ ਗੁਣਾ ਕਰਾਂਗੇ ਮਾਈਨਸ x ਦੀ ਘਾਤ 2 ਆਏਗੀ ਤੇ ਮਾਈਨਸ x ਨੂੰ ਮਾਈਨਸ 1 ਨਾਲ ਗੁਣਾ ਕਰਾਂਗੇ ਮਾਈਨਸ ਮਾਈਨਸ ਪਲੱਸ ਹੋਏਗਾ x ਨੂੰ 1 ਨਾਲ ਗੁਣਾ ਕਰਾਂਗੇ x ਆਏਗਾ ਇਹ ਦੋਨੋਂ ਰਕਮਾਂ ਅਸੀਂ ਇੱਥੇ ਬਾਦਨੀ ਐ -x ਦੀ 2 ਤੇ ਜਮਾ ਨਾਲ ਕਿੰਨਾ ਪਾਵਾਂਗੇ x ਹੈਗਾ ਇਹਦਾ ਵੀ ਸਾਈਨ ਬਦਲਣਾ ਪਲੱਸ ਹੋ ਜਾਏਗਾ ਇਹ ਪਲੱਸ ਹੈਗਾ ਇਹਦਾ ਵੀ ਸਾਈਨ ਬਦਲਣਾ ਮਾਈਨਸ ਹੋ ਜਾਏਗਾ ਇਹ ਫਿਰ ਕੱਟੇਗੇ ਕਿਉਂ ਕੱਟੇਗੇ ਕਿਉਂਕਿ ਇਹ ਦੇਖੇ ਸਾਈਨ ਮਾਈਨਸ ਦਾ ਇਹਦੇ ਅੱਗੇ ਸਾਈਨ ਪਲੱਸ ਦਾ ਹੋਵੇ ਐ ਮਾਈਨਸ x ਹੈ ਇਹ ਵੀ ਮਾਈਨਸ x ਹੈ ਮਾਈਨਸ x ਦਾ ਮੀਨਿੰਗ ਤੁਹਾਨੂੰ ਸਮਝਾਇਆ ਇੱਕ x ਹੁੰਦਾ x ਦਾ ਮਤਲਬ ਵੀ ਉਹ ਜੋ ਸੇਮ ਇੱਕ x ਹੁੰਦਾ ਇਹ ਵੀ ਮਾਈਨਸ ਦਾ ਇੱਕ x ਹੈ ਮਾਈਨਸ ਦਾ ਇੱਕ x ਹੈ ਜਦੋਂ ਸੇਮ ਸਾਈਨ ਹੋਣ ਉਹਨਾਂ ਨੂੰ ਪਲੱਸ ਕਰ ਦਿੰਦਾ ਇੱਕ ਤੇ ਇੱਕ 2 ਹੋ ਗਏ ਸਾਈਨ ਮਾਈਨਸ ਦੇ ਰਹੇਗਾ ਠੀਕ ਹੈ ਮਾਈਨਸ 1 ਤੇ ਮਾਈਨਸ 1 ਮਾਈਨਸ 2 ਹੁੰਦੇ ਇਹ ਆਏਗਾ ਮਾਈਨਸ 2x ਤਾਂ 2 نیچے ਉਤਾਰ ਲਿਆ ਦੂਜਾ ਸਟੈਪ ਵੀ ਕੰਪਲੀਟ ਹੈ ਤੀਜਾ ਸਟੈਪ ਮਾਈਨਸ 2x ਅਸੀਂ ਇੱਥੇ ਫੇਰ ਉੱਪਰ ਲਿਖ ਦਿੱਤਾ ਵਰਦੇ ਵਿੱਚ ਜਿਹਦੇ ਨਾਲ ਭਾਗ ਕਰਦੇ ਪਿਆ x ਉਹ ਲਿਉ ਦਿੱਤਾ x ਨਾਲ x ਕੱਟੇਗੇ ਬਾਕੀ ਬਚੇਗਾ ਮਾਈਨਸ 2 ਇਹ ਜਿਆ ਮਾਈਨਸ 2 ਹੋ ਗਿਆ ਹੁਣ ਅਸੀਂ ਇੱਥੇ ਲਿਖਾਂਗੇ ਮਾਈਨਸ 2 ਫਿਰ ਇਹ ਵਾਲਾ -2 ਇੱਥੇ ਵੀ ਲਿਖ ਦਿੱਤਾ। ਨਾਲ ਬ੍ਰੈਕਟਸ ਕੀ ਲਿਖਾਂਗੇ ਜਿਹਦੇ ਨਾਲ ਭਾਗ ਕਰਦੇ ਪਏ ਐਕਸ 1। -2 ਨੂੰ ਐਕਸ ਨਾਲ ਗੁਣਾ ਕਰਾਂਗੇ -2ਐਕਸ। -2 ਨੂੰ -1 ਨਾਲ ਗੁਣਾ ਕਰਾਂਗੇ +2। ਇਹ ਦੋਨੋਂ ਰਕਮਾਂ ਅਸੀਂ ਇੱਥੇ ਲਿਖ ਦਿੱਤੀਆਂ -2ਐਕਸ +2। ਮਾਈਨਸ ਹੈਗਾ ਪਲੱਸ ਹੋ ਜਾਏਗਾ ਪਲੱਸ ਹੈ ਤੇ ਮਾਈਨਸ। ਠੀਕ ਹੈ? ਇਹ ਮਾਈਨਸ ਦਾ 2ਐਕਸ ਹੈ, ਜਮਾ ਦਾ 2ਐਕਸ ਹੈ। ਕੱਟੇਗੇ ਦੋਨੋਂ। ਜਮਾ ਦਾ 2 ਹੈ, ਇਹ ਮਾਈਨਸ 2 ਹੈ, ਇਹ ਵੀ ਕੱਟੇਗੀ। ਸ਼ੇਸ਼ ਕਿੰਨਾ ਬਚਿਆ? 0। ਇਹ ਤਾਂ ਫਿਲਹਾਲ ਅਸੀਂ ਭਾਗ ਕੀਤਾ ਹੈ। ਕਿੰਨੂੰ ਭਾਗ ਕੀਤਾ ਸੀ ਪੀ ਐਕਸ ਨੂੰ ਕਿਹਦੇ ਨਾਲ ਭਾਗ ਕੀਤਾ ਐ ਐਕਸ ਮਾਈਨਸ 1 ਦੇ ਨਾਲ ਉੱਪਰ ਕਿੰਨਾ ਆਇਆ ਸਾਡੇ ਕੋਲ ਐਕਸ ਦੀ 2 ਐਕਸ 2 ਠੀਕ ਹੈ ਇਸ ਤੋਂ ਬਾਅਦ ਕੀ ਕਰਨਾ ਅਸੀਂ ਪੀ ਐਕਸ ਨੂੰ ਲਿਖ ਲੈਣਾ ਇਸ ਤਰੀਕੇ ਨਾਲ ਜਿਹਦੇ ਨਾਲ ਭਾਗ ਕਰਦੇ ਪਏ ਸੀ ਪੀ ਐਕਸ ਨੂੰ ਅਸੀਂ ਕਿਸ ਤਰ੍ਹਾਂ ਲਿਖਾਂਗੇ ਜਿਹਦੇ ਨਾਲ ਭਾਗ ਕਰਦੇ ਪਏ ਸੀ ਐਕਸ ਮਾਈਨਸ 1 ਤੇ ਜਿਹੜਾ ਉੱਪਰ ਆਇਆ ਸੀ ਐਕਸ ਦੀ 2 ਐਕਸ 2 ਹੁਣ ਅਸੀਂ ਗੁਣਨਖੰਡ ਬਣਾਨੇ ਪੀ ਐਕਸ ਦੇ ਇਹ ਜੋ ਸਾਡੇ ਕੋਲ ਪੀਐਕਸ ਬਹੁਪਦ ਹਦਾ ਸੀ ਨਾ ਗੁਣਨਖੰਡਾਂ ਨੇ ਇੱਕ ਤਾਂ ਗੁਣਨਖੰਡ ਬਣ ਗਿਆ ਹੁਣ ਅਸੀਂ ਇਹਦੇ ਗੁਣਨਖੰਡ ਬਣਾਣੇ ਬਾਕੀ ਤੇ ਇਹ ਗੁਣਨਖੰਡ ਸਾਈਡ ਤੇ ਪਹਿਲਾਂ ਬਣਾ ਲੈਣੇ ਇਹਨੂੰ ਮੈਂ ਨੰਬਰ 1 ਕਹਿ ਦਿੱਤਾ ਛੱਡ ਦਿੱਤਾ ਸਟੈਪ ਇਹਦੇ ਗੁਣਨਖੰਡ ਕਿਸਾ ਬਣਾਣੇ ਹੈ ਜਿਸਾਂ ਤੁਹਾਨੂੰ ਪਿਛਲਾ ਸਵਾਲ ਕਰਾਇਆ ਚਾਰ ਭਾਗ ਰਾਏ ਪਿਛਲੇ ਸਵਾਲ ਦੇ ਉਸੇ ਤਰੀਕੇ ਨਾਲ ਪਹਿਲੀ ਰਕਮ 1 ਹੈ ਲਾਸਟ ਰਕਮ 2 ਹੈ 1 ਨੂੰ 2 ਨਾਲ ਗੁਣਾ ਕਰਾਂਗੇ 2 ਆਏਗਾ ਅਸੀਂ ਲਿਖ ਲੈਣਾ ਗੁਣਾ ਬਰਾਬਰ -2 ਵਿਚਕਾਰ ਰੈਕਸ ਅਗੇ ਕੋਈ ਰਕਮ ਨਹੀਂ ਗਿਆ ਦਾ ਮੀਨਿੰਗ 1 ਹੈ ਇਹਦਾ ਮੀਨਿੰਗ ਅਸੀਂ ਲਿਖ ਲੈਣਾ ਜੋੜ ਬਰਾਬਰ ਅਸੀਂ ਕੋਈ ਦੋ ਰਕਮਾਂ ਸੋਚਣੀ ਆ ਜਿਨ੍ਹਾਂ ਨੂੰ ਗੁਣਾ ਕਰਕੇ 2 ਆ ਜੀ ਠੀਕ ਹੈ ਉਹ ਕਿਹੜੀਆਂ ਰਕਮਾਂ ਨਹੀਂ ਆ 2 1 2 ਦੋ ਇਹ ਦੋ ਹੀ ਇੱਕੋ ਹੀ ਆਣੀ ਬਸ 2 1 2 ਇੱਕੋ ਹੀ ਜੋੜਾ ਬੰਦਾ ਪਿਆ ਜਿਨ੍ਹਾਂ ਨੂੰ ਗੁਣਾ ਕਰੀਏ ਤਾਂ 2 ਆ ਜੀ ਤੇ ਦੋ ਦੇ ਵਿੱਚੋਂ ਇੱਕ ਘਟਾਵਾਂਗੇ ਇੱਕ ਆਂਦਾ ਵੀ ਪਿਆ ਇਹਦਾ ਮਤਲਬ ਹੈ ਸਾਡੇ ਕੋਲ ਜੋੜਾ ਅਸੀਂ ਇਹ ਦੋ ਰਕਮਾਂ ਲੈ ਕੇ ਚੱਲਾਂਗੇ ਕਿਹੜੀਆਂ 1 2 ਤੇ 1 1 ਲਿਖਾਂਗੇ ਕਿਸ ਤਰ੍ਹਾਂ ਪਹਿਲੀ ਰਕਮ ਸੇਮ ਠੀਕ ਹੈ ਲਾਸਟ ਰਕਮ ਸੇਮ ਵਿਚਕਾਰ ਇੱਕ ਦੀ ਜਗ੍ਹਾ ਅਸੀਂ ਕੀ ਲਿਖਾਂਗੇ ਬ੍ਰੈਕਟ ਦੇ ਵਿੱਚ 2 1 ਕਿਉਂਕਿ 2 ਚੋਂ 1 ਘਟਾਵਾਂਗੇ 21 ਆਏਗਾ ਨਾਲ x 2 x ਨੂੰ 2 ਨਾਲ ਅਲੱਗ ਲਿਖਾਂਗੇ ਬਾਹਰ ਮਾਈਨਸ ਸਾਈਨ ਹੋਵੇ ਤੇ ਹੁਣੇ ਸਮਝਾਇਆ ਸੀ ਬ੍ਰੈਕਟ ਹਟਾਈਏ ਤੇ ਇਹ ਸਾਈਨ ਚੇਂਜ ਹੋ ਜਾਂਦਾ ਇਹ ਮਾਈਨਸ ਹੈਗਾ ਕਿਦੇ ਵਿੱਚ ਹੋ ਜਾਏਗਾ ਪਲੱਸ 1 ਨੂੰ x ਨਾਲ ਗੁਣਾ ਕਰਾਂਗੇ x ਇਹ ਦੋਨਾਂ ਚੋ ਕਾਮਨ ਕੀ ਗਏ ਇਹ ਦੋਨਾਂ ਚੋ ਕਾਮਨ ਸਿਰਫ x ਹੈ x ਕਾਮਨ ਕੱਢ ਲਤਾ ਇਹਦੇ ਕੋਲ x 2 ਹੋ ਗਏ ਸੀ 1 ਬਚਾ ਰਹੇਗਾ ਇਹਦੇ ਕੋਲ ਇਕ ਹੋਈਗਾ ਸੀ ਸਿਰਫ ਇੱਥੇ ਕਿੰਨਾ ਬਚੇਗਾ 2 ਹੁਣ ਇਹ ਦੋਨਾਂ 'ਚ ਕਾਮਨ ਤੋਂ ਪਹਿਲਾਂ ਕਿਹੜਾ ਸਾਈਨ ਹੈਗਾ ਪਲੱਸ ਦਾ ਤੇ ਪਹਿਲਾਂ ਪਲੱਸ ਹੀ ਪਾਓ ਇਹ ਦੋਨਾਂ 'ਚ ਕਾਮਨ ਕੀ ਹੈਗਾ ਕੁਝ ਵੀ ਕਾਮਨ ਨਹੀਂਗਾ ਜੇ ਕੁਝ ਕਾਮਨ ਹੋਵੇ ਤਾਂ ਮੀਨਿੰਗ ਬਾਹਰ ਕਿੰਨਾ ਲਿਖਾਂਗੇ ਅਸੀਂ 1 ਅੰਦਰ ਬਚੇਗਾ x ਤੇ ਮਾਈਨਸ ਕਿੰਨਾ ਬਚੇਗਾ 2 ਇਹ ਬ੍ਰੈਕਟ ਤੇ ਬ੍ਰੈਕਟ ਸੇਮ ਆ ਗਈ ਅਸੀਂ ਇਹ ਬ੍ਰੈਕਟ ਕਾਮਨ نکالਤੀ ਬਾਹਰ ਤੇ ਦੂਜੀ ਬ੍ਰੈਕਟ 'ਚ ਕੀ ਆਏਗਾ ਜਿਹੜੀਆਂ ਬਾਹਰ ਕਾਮਨ ਲੱਗੀ ਹੋਈਆਂ ਦੋ x 1 ਜਿਸ ਨਾਲ ਅਸੀਂ ਹੁਣੇ ਗੁਣਨਖੰਡ ਬਣਾਏ ਚਾਰ ਭਾਗ ਕਿਤੇ ਪਿਛਲੇ ਸਵਾਲ ਦੇ ਉਹ ਸਾਰੇ ਯੂ ਸੀ ਉਹਦੇ 'ਚ ਅਸੀਂ ਐਸੇ ਗੁਣਨਖੰਡ ਬਣਾਉਂਦੇ ਸੀ ਠੀਕ ਹੈ ਹੁਣ ਐਸੇ ਰਕਮ ਦੇ ਐਸੇ ਰਕਮ ਦਾ ਮਤਲਬ ਇਹ ਹੈ ਸਾਡੇ ਕੋਲ ਦੋ ਗੁਨਨਖੰਡ ਆ ਗਏ 1x 2 ਤੇ 1x 1 ਇਹਦਾ ਮਤਲਬ ਹੈਗਾ ਕਿ ਇਹ ਨੰਬਰ 1 ਨੂੰ ਮੈਂ ਦੁਬਾਰਾ ਲਿਖਾਂਗਾ x 1 ਨੂੰ x 1 ਹੀ ਰਹਿਣ ਦਾਂਗਾ ਤੇ ਇਹਦੀ ਜਗਾ ਜਿਹੜੇ ਮੈਂ ਦੋ ਗੁਨਨਖੰਡ ਬਣਾਏ ਐ x 2 ਤੇ x 1 ਉਹ ਲਿਖ ਦਾਂਗਾ ਐਵੇਂ ਲਿਖਾਂਗਾ 1 ਸੇ 1 ਸੇ ਮਤਲਬ ਹੈ px px x 1 ਤਜਰੀਏ ਦੇ ਦੋ ਗੁਨਨਖੰਡ ਅਸੀਂ ਬਣਾਏ ਆ ਕਿਹਰੇ ਬਣਾਏ ਇੱਕ x 1 ਤੇ x 2 x 1 ਤੇ x 2 ਇਹਦਾ ਮਤਲਬ ਹੈ px ਜਿਹੜਾ ਅਸੀਂ ਬਹੁਪਦ ਜਿਹਨੂੰ ਨਾਮ ਦਿੱਤਾ ਸੀ px ਉਹਦੇ ਤਿੰਨ ਗੁਨਨਖੰਡ ਬਣੇ ਆ ਠੀਕ ਹੈ ਅਸੀਂ ਗੁਨਨਖੰਡ ਹੀ ਬਣਾਨੇ ਸੀ 1x 1 ਇੱਕ ਗੁਨਨਖੰਡ ਬਣਿਆ 1x 1 ਗੁਨਨਖੰਡ ਬਣਿਆ ਤਾਂ ਤੀਜਾ ਕਿਹੜਾ ਬਣਿਆ x 2 ਠੀਕ ਹੈ ਇਹ ਗੁਨਨਖੰਡ ਸਾਡੇ ਕੋਲ ਬਣੇ ਆ